ਪੁਰਾਣੀਆਂ ਫਰਾਕਾਂ ਪੁਰਾਣੇ ਦੌਰ ਚ ਕਿਹੜੀਆਂ ਹੋਣੀਆਂ ਸਨ? ਬੜੀਆਂ ਹੋਣੀਆਂ ਸਨ। ਮਸਲਨ ਬੈਰਨ ਰੋਟੀ ਹੋਣੀ ਸੀ, ਸਭ ਫਾਰਮੀ ਕੋ ਕੋੜ ਹੋਈ ਗਏ। ਤੁਸੀਂ ਕੋੜ ਆਰਦੀ ਆ, ਜ਼ਿੰਦਗੀ ਆਰਦੀ ਆ, ਬਸ ਜ਼ਿੰਦਗੀ ਆਰਦੀ ਆ। ਇੱਥੇ ਕੋਈ ਨਾ ਜਮਾ ਕਰੋ, ਠੀਕ ਹੈ? ਜਿਹੜਾ ਕਮਾਉ ਖਾ ਜੇ। 1947 ਤੋਂ ਪਹਿਲਾਂ ਸੁਹਾਵਾ ਕੀ ਹੈ ਜੇ ਲੱਗਣਾ ਸੀ। ਮਾਸ਼ਾਅੱਲਾ। ਅਸਾਂ ਹੁਣੀ ਘੁੰਮੜ ਜੋ ਪੈਣੇ ਹੋ ਤੁਹਾਡੇ ਬ੍ਰਾਊਜ਼ਰ ਆ ਨੇੜੇ ਨੇੜਾ। ਉਮੀਦ ਕਰਾਂ ਤੁਸੀਂ ਸਾਰੇ ਭਣ ਪਵਾਲ ਲੋ ਸੋ, ਆਪਣੇ ਸੋਹਣੇ ਰੱਬ ਤਾਂ ਉਸ ਨਬੀ ਨੇ ਹਿਫਜ਼ੋ ਅਮਾਨ ਜੋ ਸੋ। ਮੈਂ ਮੋਸ਼ਰ ਅਹਿਮਦ, ਤੁਸਾਂ ਤਕੜੇ ਪਿਓ ਪਠਵਾਲ ਟੀਵੀ। ਬਗੈਰ ਜ਼ਰ ਕੋ ਸਟਾਰਟ ਕਰਨੇ ਅੱਜ ਦਾ ਵਲੌਗ। ਵੈਦਰ ਨਹੀਂ ਕੰਡੀਸ਼ਨ ਸੋ ਕਿ ਚੈੱਕ ਕਰਾਈਏ ਜੀ। ਚੈੱਕ ਕਰੋ, ਹਾਂ ਧੁੱਪ ਨਿਕਲਤੀ ਵੀ, ਅੱਲਾ ਖੈਰ ਕਰੇ ਜੀ। ਅੱਲਾ ਤਾਲਾ ਤੋਂ ਦੁਆ ਹੈ ਜੀ, ਅੱਲਾ ਤਾਲਾ ਨੇ ਜ਼ਾਤ ਰਹਿਮਤ ਜੀ ਬਾਰਿਸ਼ ਨਾਜ਼ਿਲ ਤਾ ਫਰਮਾਣ ਜੀ। ਅਮਰੀਕਾ ਤੋਂ ਸਰਦਾਰ ਜੋਗਿੰਦਰ ਸਿੰਘ ਸੇਠੀ ਸਾਹਿਬ, ਜਿਹੜਾ ਕਿ ਸਰਦਾਰ ਪਿਆਰਾ ਸਿੰਘ ਸੇਠੀ ਸਾਹਿਬ ਨੇ ਪੋਤੇ, ਉਹਨਾਂ ਸਾਡੇ ਨਾਲ ਰਾਬਤਾ ਕੀਤਾ ਜੀ। ਔਰ ਉਹਨਾਂ ਨੇ ਜਿਹੜੇ ਦਾਦਾ ਜਾਨ ਸਨ ਸਰਦਾਰ ਪਿਆਰਾ ਸਿੰਘ ਸੇਠੀ ਸਾਹਿਬ, ਉਹ ਸੁਭਾਵੇ ਵਿੱਚ ਰਹਿ ਕੇ ਗਏ। ਉਹਨਾਂ ਨਾਲ ਪਿਆਰ, ਉਹਨਾਂ ਨਾਲ ਮੁਹੱਬਤ ਇਸ ਸਰਜ਼ਮੀਨ ਨਾਲ ਕਾਫੀ ਸਾਰਾ ਵੈ, ਤਾਂ ਉਹਨਾਂ ਸਾਡੇ ਨਾਲ ਰਿਕੁਐਸਟ ਕੀਤੀ ਹੈ ਜੀ। ਸਾਡੇ ਦਾਦਾ ਜਾਨ ਸਾਡੇ ਕੇ ਇੱਕ ਨਕਸ਼ਾ ਦਿੱਤਾ ਸੀ, ਉਸ ਨਕਸ਼ੇ ਦੇ ਮੁਤਾਬਿਕ ਸੁਭਾਵੇ ਨਹੀਂ ਕਦਾ ਸੈਰ ਕਰਾਓ ਜੀ। ਇਹ ਦੇਖਿਆ ਜੀ ਨਕਸ਼ਾ, ਉਸ ਨਕਸ਼ੇ ਦੇ ਅਕੋਰਡਿੰਗ ਅਸਾਂ ਜਨਾਬੇ ਵਾਲਾ ਸੁਣਾ ਕਿ ਇਹ ਸੁਭਾਵੇ ਨਹੀਂ ਸੈਰ ਕਰਾ ਸਾਂ, ਨਾਲ ਬਾਕੀ ਤੁਹਾਨੂੰ ਸ਼ੇਅਰਿੰਗ ਕਰ ਸਾਂ ਜੀ। ਛੱਤਾਂ ਪਰ ਆਏ ਹਾਂ, ਆਪਣੇ ਪਰਿੰਦਿਆਂ ਜੀ ਬਾਹਰ ਕੱਢਣੇ ਆ, ਬਾਹਰ ਨਿਕਲੇ ਹਾਂ ਜੀ। ਆਸਤੇ ਆਸਤੇ ਜੁੜਨੇ ਆ ਪੈਦਲ। ਸਾਰੇ ਤੋਂ ਪਹਿਲਾਂ ਜੀ ਰੇਲਵੇ ਸਟੇਸ਼ਨ ਵਾਲੇ ਪਾਸੇ ਜਾ ਸਾਂ, ਨਾਲ ਬਜ਼ਾਰੂ ਜੋ ਕੁਛ ਚੀਜ਼ਾਂ ਵੀ ਆਣੀ ਨਾਲ ਨਾਲ ਉਹ ਵੀ ਤੁਸਾਂ ਨੇ ਸ਼ੇਅਰਿੰਗ ਕਰਨੇ ਰਹਿ ਸਾਂ ਜੀ। ਬੇਸਿਕਲੀ ਤੁਸਾਂ ਕੀ ਵੀ ਆਈਡੀਆ ਹੋ ਜਾ ਸੀ 1947 ਵਿੱਚ ਕਿਸ ਤਰ੍ਹਾਂ ਸੀ ਇਸ ਜਗ੍ਹਾ ਦਾ ਨਕਸ਼ਾ, ਸੁਭਾਵੇ ਨਾ ਸ਼ਹਿਰ ਕਿਸ ਤਰ੍ਹਾਂ ਲਾਉਣਾ ਸੀ 1947 ਵਿੱਚ। ਚਲੋ ਜੇ ਥੋੜ੍ਹਾ ਜਿਹਾ ਐਕਸਪਲੇਨ ਕਰ ਰਹੇ ਨਹੀਂ ਸਾਗੀ, ਕੋਸ਼ਿਸ਼ ਕਰਨੇ ਆ ਜੀ। ਇੱਧਰ ਆ ਜੀ ਸੱਜੇ ਅਤੇ ਖੱਬੇ ਦੋਵਾਂ ਪਾਸਾ ਜੀ ਕਬਰਿਸਤਾਨ, ਜਿਤਨੇ ਵੀ ਮਦਫੀਨ ਅੱਲਾਹ ਤਾਲਾ ਉਹਨਾਂ ਦੀ ਮਫਰਤ ਕਰੇ ਜੀ। ਆਮੀਨ ਸੁਮ ਆਮੀਨ। ਦਿੱਲੀ ਫਾਤਿਹਾ ਸ਼ਰੀਫ ਜ਼ਰੂਰ ਪੜ੍ਹੀ ਕਿਨੇ। ਇੱਧਰ ਲਈ ਹੈ ਜੀ ਆਟੇ ਨੇ ਚੱਕੀ, ਆਸਤਾ ਆਸਤਾ ਜਨਾਬੇ ਵਾਲਾ ਸਾ ਟੁਰੇ ਟੁਰੇ ਆ ਰਹੇ ਆ। ਅਲਹਮਦੁਲਿਲਾ ਸਾਡੀ ਵਾਕ ਠੀਕ ਹੋ ਜੀ। ਵਾਕ ਨਾਲ ਇਹ ਹੈ ਕਿ ਚਲੋ ਸਿਹਤ ਵੀ ਬੰਦੇ ਨੇ ਮੇਨਟੇਨ ਰਹਿਣੀ ਹੈ, ਔਰ ਇਨਸਾਨ ਕੀ ਵਾਕ ਕਰਨੀ ਚਾਹੀਦੀ ਹੈ। ਇਸ ਐਸਾ ਮੈਂ ਮੋਟਰਸਾਈਕਲ ਕੇ ਖਿਲਾਇਆ ਵਾ ਜੀ, ਮੈਂ ਕਿਹਾ ਚਲੋ ਜਿੰਨਾ ਹੋ ਸਕਣਾ ਸਾ ਵਾਕ ਕਰੀਏ। ਬਾਕੀ ਇੱਧਰ ਦੁੱਧ ਵਾਲੀ ਦੁਕਾਨ ਵੀ ਹੈ, ਇਸ ਜਗ੍ਹਾ ਦਾ ਵੀ ਕਾਫੀ ਡਿਵੈਲਪਮੈਂਟ ਹੋਏਗੀ ਆਸਤਾ ਆਸਤਾ। ਜੋ ਜੋ ਆਬਾਦੀ ਵਧਣੀ ਹੈ, ਜਿਸ ਜਗ੍ਹਾ ਦਾ ਮਕਾਨ ਨਹੀਂ ਵੀ ਹੋਣੇ, ਉਸ ਜਗ੍ਹਾ ਦਾ ਮਕਾਨ ਬਣੀ ਗਿਸ਼ਨੇ, ਔਰ ਮਾਰਕੀਟਾਂ ਅਤੇ ਦੁਕਾਨਾਂ ਵਗੈਰਾ ਬਣੀ ਗਿਸ਼ਨੀਆਂ। ਇੱਥੇ ਜਾ ਕੇ ਜਨਾਬੇ ਵਾਲਾ ਖੇਡਣੇ ਪੈਣ ਜੀ ਵਾਲੀਬਾਲ। ਕਿਆ ਬਾਤ ਹੈ, ਅਗਰ ਫੋਟੋ ਹਾਰ ਨਾ ਆਉਣਾ ਕੌਮੀ ਖੇਲ ਹੋਵੇ ਤਾਂ ਵਾਲੀਬਾਲ ਲਾਜ਼ਮਨ ਉਸਨੇ ਵੀ ਸ਼ਾਮਿਲ ਹੋਇਆ ਜੀ, ਕਿਉਂਕਿ ਇਸ ਜਗ੍ਹਾ ਨੇ ਸਾਡੇ ਖੇਤਰ ਨੇ ਜਿਹੜੇ ਲੋਕ ਨੇ ਜਿੱਥੇ ਸਾਡੀ ਜ਼ੁਬਾਨ ਬੋਲੀ ਜਾਣੀ ਹੈ, ਵਾਲੀਬਾਲ ਨੇ ਬਹੁਤ ਜ਼ਿਆਦਾ ਠੜਕੀ ਹੋਣੀ ਜੀ। ਔਰ ਸਾਡੇ ਇਹਨਾਂ ਜਾਗਤਾਂ ਨੈੱਟ ਲਾਇਆ ਔਰ ਵਾਲੀਬਾਲ ਖੇਡਣੇ ਪੈਣ, ਕਿਆ ਬਾਤ ਹੈ ਜੀ। ਸਿਗਨਲ ਡਾਊਨ ਹੋ ਚੁੱਕਿਆ ਜੀ, ਅੱਗੋਂ ਹੁਣ ਰੇਲ ਗੱਡੀ ਸਿਟੀਆਂ ਮਾਰਨੀ ਮਾਰਨੀ ਇਸ ਨਹੀਂ ਪਿਆ। ਤਾਂ ਬਾਕੀ ਇਹ ਤਾਂ ਖੈ ਜੀ ਸਾਹਮਣੇ ਖੂਬਸੂਰਤ ਜਿਹਾ ਗ੍ਰਾਂ ਨੱਲਾ, ਤਾਂ ਕੌਣ ਗੱਡੀ ਕਿਹੜੇ ਪਾਸ ਉਸ ਨਹੀਂ ਹੈ। ਤੁਰਨੇ ਟੁਰਨੇ ਅਸੀਂ ਆ ਹੀ ਰਹੇ ਹਾਂ ਜੀ ਰੇਲਵੇ ਸਟੇਸ਼ਨ ਕੋਲ, ਬਸ ਰੇਲਵੇ ਸਟੇਸ਼ਨ ਕੋਲ ਜੁੜਨੇ ਹਾਂ, ਉਹ ਸਾਨੂੰ ਸ਼ੇਅਰਿੰਗ ਕਰ ਸਾ, ਉਸ ਤੋਂ ਬਾਅਦ ਪੁਲਿਸ ਸਟੇਸ਼ਨ ਕੋਲ ਨਿਕਲ ਸਕਦਾ, ਨਾਲ ਨਾਲ ਬਾਕੀ ਤੁਹਾਨੂੰ ਸ਼ੇਅਰਿੰਗ ਕਰਨੇ ਰਹਿ ਸਕਦੀ। ਆ ਰਹੀ ਹੈ ਜੀ ਰੇਲ ਗੱਡੀ, ਕਿਆ ਬਾਤ ਹੈ, ਬੜੇ ਟਾਈਮ ਬਾਅਦ ਅਸੀਂ ਰੇਲ ਗੱਡੀ ਤੱਕਣ ਲੱਗੇ ਜੀ ਲਾਈਨ ਉੱਪਰ। ਹਾਂ ਬਜ਼ੁਰਗ ਡੰਗਰ ਬਾਤ ਚਲਾਉਣੇ ਪੈਣ। ਸਲਾਮ ਅਲੈਕੁਮ ਜੀ, ਕੀ ਹਾਲ ਨੇ ਬਜ਼ੁਰਗੋ? ਆਓ ਸਿਹਤ ਠੀਕ ਨੇ? ਸਾਡਾ ਚੈਨਲ ਹੈ ਬਜ਼ੁਰਗੋ ਪਠਵਾਲ ਟੀਵੀ, ਸਾਡੇ ਚੈਨਲ ਦਾ ਨਾਮ ਹੈ। ਤੁਸਾਂ ਨਾ ਕਿਆ ਨਾਮ ਹੈ? ਮਾਂ ਨਾ ਲਿਆ ਕੁਛ ਲਿਆ ਸਾਹਿਬ, ਕਿਹੜੇ ਗ੍ਰਾਂ ਤੋਂ ਤਾਲਕ ਰੱਖਣੇ ਹੋ? ਨਲਾ ਟੋਕ, ਨਲਾ ਸਟੇਸ਼ਨ, ਸਟੇਸ਼ਨ ਕੋਲ ਰਹਿਣੇ। ਸਟੇਸ਼ਨ ਤੋਂ ਕੀ ਚੰਗਾ ਲੱਗਣਾ ਜਾਂ ਨਲਾ ਚੰਗਾ ਲੱਗਣਾ? ਦੋਵੇਂ ਚੰਗੇ ਲੱਗਣੇ ਨੇ। ਅੱਛਾ, ਦੋਵੇਂ ਚੰਗੇ। ਆਪਣਾ ਮੁਲਕ ਜੋ ਹੋਇਆ ਠੀਕ ਹੈ। ਕਿਤਨੀ ਉਮਰ ਹੈ ਤੁਹਾਡੇ ਬਜ਼ੁਰਗੋ? ਉਮਰ ਹੈ 60 ਸਾਲ ਹੋਈ ਜੀ। ਆਹਣੇ ਪੁਰਾਣੇ ਦੌਰ ਵਿੱਚ ਲੋਕਾਂ ਦੀਆਂ ਪੁਰਾਣੀਆਂ ਖੁਰਾਕਾਂ ਹੋਣੀਆਂ ਸਨ ਜੀ ਜੀ, ਹੁਣ ਕੋ ਨਹੀਂ ਹੋ ਪੁਰਾਣੀਆਂ ਖੁਰਾਕਾਂ। ਪੁਰਾਣੀਆਂ ਖੁਰਾਕਾਂ ਪੁਰਾਣੇ ਦੌਰ ਵਿੱਚ ਕਿਹੜੀਆਂ ਹੋਣੀਆਂ ਸਨ? ਬੜੀਆਂ ਹੋਣੀਆਂ ਸਨ। ਮਸਲਨ ਬੈਰਨ ਰੋਟੀ ਹੋਣੀ ਸੀ। ਅੱਛਾ, ਚਟਨੀ ਹੋਣੀ ਸੀ, ਇਹ ਪੁਰਾਣੀਆਂ ਖੁਰਾਕਾਂ ਸਨ। ਆਹਣੇ ਹੋਣੇ ਜੀ, ਇਸ ਬੁੱਢੇ ਪੁਰਾਣੀ ਖੁਰਾਕ ਖਾਧੀ ਹੈ ਜੀ, ਇਸ ਕੀ ਕੁਝ ਨਹੀਂ ਹੋਣਾ। ਕਿਉਂ ਹੋਣਾ ਸੀ ਘਰਾਂ ਨਾਲ? ਅੱਛਾ, ਹੁਣ ਡਾਂਡਾ ਆ ਗਿਆ। ਅੱਛਾ, ਕਿਉਂ ਕਰਾਇਆ ਨਾ, ਅੰਡੀ ਪੱਕਣੀ ਹੋਣੀ ਸੀ ਜਾਂ ਸਭ ਕੁਝ ਅੰਡੀ। ਚਲੋ, ਤਾਂ ਲੱਸੀਆਂ ਹੋਣੀਆਂ ਸਨ ਪੀਣੇ ਸਾ, ਠੀਕ ਹੈ। ਤਾਂ ਹਲ ਬਾਈ ਨਾ ਸੀ, ਉਹ ਸਭ ਫਾਰਮੀ ਕੁੱਕੜ। ਹੁਣ ਫਾਰਮੀ ਕੁੱਕੜ ਆ ਗਿਆ, ਸਭ ਫਾਰਮੀ ਕੁੱਕੜ ਹੋਈ ਗਏ। ਤੁਸੀਂ ਫਾਰਮੀ ਕੁੱਕੜ ਹੋ ਗਏ ਹੋ, ਤੁਸੀਂ ਤਾਂ ਪੁਰਾਣੀਆਂ ਖੁਰਾਕਾਂ ਖਾਧੀ ਹੈ ਨਾ ਜੀ। ਵਾਹ ਜੀ, ਅਸਾਂ ਨਕਸ਼ੇ ਦੇ ਮੁਤਾਬਿਕ ਜੀ ਸੁਭਾਵੇ ਰੇਲਵੇ ਸਟੇਸ਼ਨ ਉੱਪਰ ਪਹੁੰਚ ਚੁੱਕੇ ਹਾਂ ਜੀ। ਕਿਆ ਬਾਤ ਹੈ, ਇਹ ਚੱਕਰ ਸੁਭਾਵਾ ਲਿਖਿਆ ਵਾ, ਔਰ ਬਹੁਤ ਜ਼ਿਆਦਾ ਖੂਬਸੂਰਤ ਜਿਹਾ ਇਹ ਰੇਲਵੇ ਸਟੇਸ਼ਨ ਹੈ ਜਨਾਬੇ ਵਾਲਾ। ਇਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਮੈਂ ਇੱਕ ਬੁੱਕ ਪੜ੍ਹੀ ਸੀ
1877 ਵਿੱਚ ਉਹ ਬੁੱਕ ਪਬਲਿਸ਼ ਹੋਈ ਸੀ ਤੇ ਉਸਨੇ ਵਿੱਚ ਵੀ ਇਸ ਰੇਲਵੇ ਸਟੇਸ਼ਨ ਦਾ ਜ਼ਿਕਰ ਸੀ 1877 ਇਟ ਮੀਨਸ ਕਿ 1877 ਤੋਂ ਪਹਿਲਾਂ ਇਹਨਾਂ ਵੀ ਸੀ ਇਹ ਰੇਲਵੇ ਸਟੇਸ਼ਨ ਇਸ ਜਗ੍ਹਾ ਤੇ ਮੌਜੂਦ ਸੀ ਔਰ ਕਾਇਮ ਸੀ ਬਾਕੀ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਇਸ ਕੀ ਸਫਾਈ ਨਾਲ ਖਾਸ ਖਿਆਲ ਰੱਖਿਆ ਗਿਆ ਤੱਕੋ ਨਾ ਚੂਨਾ ਵਗੈਰਾ ਕੀਤਾ ਗਿਆ ਬਿਲਕੁਲ ਸਾਫ਼ ਸੁਥਰਾ ਜਿਹਾ ਰੇਲਵੇ ਸਟੇਸ਼ਨ ਹੈ ਮਾਸ਼ਾ ਅੱਲਾਹ ਕਿਆ ਬਾਤ ਹੈ ਔਰ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਸਾਹਮਣੇ ਉਤਨਾ ਹੀ ਖੂਬਸੂਰਤ ਜਿਹਾ ਗ੍ਰਾਂ ਨੱਲਾ ਕਿਆ ਬਾਤ ਹੈ ਜੀ ਨੱਲੇ ਨੀ ਇਸ ਜਗ੍ਹਾ ਉੱਪਰ ਕਿਸੇ ਟਾਈਮ ਵਿੱਚ ਲਿਖਿਆ ਹੋਣਾ ਸੀ ਕਿਸ ਟਾਈਮ ਵਿੱਚ ਬਣਿਆ ਰੇਲਵੇ ਸਟੇਸ਼ਨ ਚਲੋ ਅੱਗੇ ਜਾਈ ਕੇ ਤੱਕਣੇ ਆ ਤੁਸਾਂ ਨਾਲ ਵੀ ਸ਼ੇਅਰ ਕਰਨੇ ਆ ਇੱਧਰ ਜੀ ਚੈੱਕ ਕਰੋ ਹਾਂ ਬੜੇ ਖੂਬਸੂਰਤ ਖੂਬਸੂਰਤ ਔਰ ਕਦੀਮ ਜਿਹੇ ਦਰਖਤ ਕਿਆ ਬਾਤ ਹੈ ਜੀ ਕਾਫੀ ਪੁਰਾਣੀ ਬਿਲਡਿੰਗ ਹੈ ਔਰ ਯਾਨੀ ਕਿ ਜਿਤਨੀ ਪੁਰਾਣੀ ਹੈ ਉਤਨੀ ਨਫਾਸਤ ਨਾਲ ਬਣੀ ਹੋਈ ਹੈ ਔਰ ਬਹੁਤ ਜ਼ਿਆਦਾ ਬਿਹਤਰੀਨ ਜਿਹਾ ਕੰਮ ਹੋਇਆ ਵਾ ਮਾਸ਼ਾ ਅੱਲਾ ਜੀ ਇੱਥੇ ਸਾਡੇ ਬੜੇ ਪਿਆਰੇ ਜਿਹੇ ਭਰਾ ਮਾਸੂਮੀ ਬਾਈ ਰਿਜ਼ਵਾਨ ਮਾਸੂਮੀ ਸਾਹਿਬ ਫਖਰ ਏ ਪਾਕਿਸਤਾਨ ਰੇਲਵੇ ਜ਼ਿੰਦਾਬਾਦ ਜੀ ਰਿਜ਼ਵਾਨ ਬਾਈ ਠੀਕ ਹੋ ਖੈਰੀਅਤ ਹੈ ਸਰ ਠੀਕ ਹੈ ਸੋਨੀ ਸਭ ਖੈਰ ਖੈਰੀਅਤ ਹੈ ਕਿਆ ਹੋ ਰਿਹਾ ਬਸ ਇਨਸਪੈਕਸ਼ਨ ਦੀ ਤਿਆਰੀਆਂ ਕਰ ਅੱਛਾ ਅੱਛਾ ਮਾਸ਼ਾਅੱਲਾ ਬੜਾ ਖੂਬਸੂਰਤ ਜਿਹਾ ਰੇਲਵੇ ਸਟੇਸ਼ਨ ਹੈ ਯਾਰ ਬੜਾ ਸਫਾਈ ਨਾਲ ਵੀ ਖਾਸ ਖਿਆਲ ਰੱਖਿਆ ਗਿਆ ਇਨਸਪੈਕਸ਼ਨ ਹੋ ਰਹੀ ਹੈ ਨਾ ਜੀ ਸਰ ਅੱਛਾ ਅੱਛਾ ਜੀ ਜੀ ਠੀਕ ਠੀਕ ਇਨਸਪੈਕਸ਼ਨ ਹੋ ਰਹੀ ਹੈ ਉਹ ਪਤਾ ਵਾ ਆਈਡੀਆ ਹੈ ਬਸ ਕਿ ਰੇਲਵੇ ਸਟੇਸ਼ਨ ਕਿੰਨਾ ਹੀ ਪੁਰਾਣਾ ਹੈ ਇਹ ਕਾਫੀ ਪੁਰਾਣਾ ਹੈ ਮੇਰੇ ਖਿਆਲ ਸਾਡੇ ਪੈਦਾ ਹੁਣ ਤੋਂ ਵੀ ਪਹਿਲਾਂ ਦਾ ਅੱਛਾ ਉਹ ਜੀ ਥੋੜਾ ਜਿਹਾ ਅੱਗੇ ਤੱਕਣਿਆ ਹੈ ਜੀ ਆਕੋ ਵੀ ਸਾਡੇ ਪਿਰਾਂ ਦੇ ਵੀ ਪੈਦਾ ਹੋਣਾ ਤੋਂ ਪਹਿਲਾਂ ਆ ਤੁਸੀਂ ਬਜ਼ੁਰਗਾਂ ਕੋਲ ਪੁੱਛਣਾ ਹੈ ਜੀ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਬਾਜੀ ਠੀਕ ਹੋ ਜਨਾਬ ਖੈਰੀਅਤ ਹੈ ਸੇ ਠੀਕ ਹੈ ਕੀ ਨਾਮ ਸੋਨਾ ਕਿਉਂ ਮੇਰਾ ਜੀ ਕਿਉਂ ਸਾਹਿਬ ਕਿਹੜੀ ਜਗ੍ਹਾ ਤੋਂ ਤਾਲੁਕ ਹੈ ਸੋਨਾ ਸਰ ਪਾਕਿਸਤਾਨ ਰੇਲਵੇ ਨਾਲ ਹੀ ਤਾਲੁਕ ਹੈ ਵੈਸੇ ਮਾਸ਼ਾਅੱਲਾ ਚੱਕ ਬੇਲੀ ਖਾਨ ਸਿੰਘ ਬਾਜੀ ਚਲੋ ਜੀ ਸਾਡਾ ਅੱਛਾ ਲਗਾ ਸੋਨ ਗੁਫ਼ਤਗੂ ਕਰੀ ਗਏ ਕੋਈ ਆਈਡੀਆ ਆਵੇ ਤੁਹਾਨੂੰ ਕੀ ਰੇਲਵੇ ਇਹ ਰੇਲਵੇ ਸਟੇਸ਼ਨ ਹੈ ਕਿੰਨਾ ਇੱਕ ਪੁਰਾਣਾ ਹੈ ਤਕਰੀਬਨ ਜਿੰਨੀ ਸਾਡੀ ਰੇਲ ਹੈ ਨਾ 1836 ਦਾ ਹੈ ਤੁਸੀਂ ਹਾਂ ਜ਼ਬਰਦਸਤ ਜੀ ਜ਼ਬਰਦਸਤ ਹੈ ਬਿਲਕੁਲ ਜੈਸਾ ਕਿ ਮੈਂ ਤੁਹਾਨੂੰ ਦੱਸਿਆ ਸੀ ਜ਼ਿਕਰ ਕੀਤਾ ਸੀ ਪਹਿਲਾਂ ਹੀ ਅੰਕਲ ਨਾਲ ਬਹੁਤ ਸ਼ੁਕਰੀਆ ਇਹਨਾਂ ਨੌਲੇਜ ਵਿੱਚ ਵੀ ਇਜ਼ਾਫਾ ਕੀਤਾ 1877 ਜੇ ਗੋਰੇ ਨੇ ਬੁੱਕ ਪਬਲਿਸ਼ ਹੋਈ ਸੀ ਉਹ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਦਾ ਹਾਂ ਸ਼ੇਅਰ ਕਰਾਂ ਉਸ 1877 ਨੇ ਟਾਈਮ ਜਿਹੜੀ ਉਹ ਬੁੱਕ ਪਬਲਿਸ਼ ਹੋਈ ਸੀ ਉਸਨੇ ਵਿੱਚ ਤਮਾਮ ਰੇਲਵੇ ਸਟੇਸ਼ਨ ਦਾ ਜ਼ਿਕਰ ਸੀ ਯਾਨੀ ਕਿ ਇਸ ਤੋਂ ਪਹਿਲਾਂ ਵੀ ਇਹ ਟ੍ਰੇਨ ਔਰ ਇਹ ਜਗ੍ਹਾ ਮੌਜੂਦ ਇਸ ਮੌਜੂਦ ਵਰਜ਼ੇ ਮੌਜੂਦ ਸਨ ਤਾਂ ਔਰ ਅੰਕਲ ਜੀ ਸੁਣਾਓ ਕੈਸੀ ਜ਼ਿੰਦਗੀ ਗੁਜ਼ਰੀ ਤੁਹਾਨੂੰ ਜ਼ਿੰਦਗੀ ਤੋਂ ਕੋਈ ਨਿਚੋੜ ਕੱਢਿਆ ਹੋਇਆ ਹੈ ਕੋਈ ਨਸੀਹਤ ਕਰਨਾ ਚਾਹੋ ਨਿਚੋੜ ਆਰਦੀ ਹੈ ਜ਼ਿੰਦਗੀ ਆਰਦੀ ਹੈ ਬਸ ਜ਼ਿੰਦਗੀ ਆਰਦੀ ਹੈ ਇੱਥੇ ਕੁਝ ਨਾ ਜਮਾ ਕਰੋ ਠੀਕ ਹੈ ਜਿਹੜਾ ਕਮਾਓ ਖਾ ਛੋੜੋ ਜਿਹੜਾ ਕਮਾਓ ਖਾ ਛੋੜੋ ਬਸ ਆਪਣੇ ਆਪਣੇ ਹੀ ਸੋਚੋ ਅੱਲਾ ਦੇ ਰਾਹ ਲਾ ਛੋੜੋ ਅੱਲਾ ਦੇ ਰਾਹ ਲਾ ਛੋੜੋ ਬੱਚਿਆਂ ਕਿਉਂ ਕੋਈ ਨਸੀਹਤ ਕਰਨਾ ਚਾਹੋ ਬੱਚਿਆਂ ਕੀ ਕੋਈ ਨਸੀਹਤ ਕਰ ਵੀ ਨਸੀਹਤ ਹੈ ਬੱਚਿਆਂ ਕੀ ਵੀ ਇਹ ਨਸੀਹਤ ਇਹ ਨਸੀਹਤ ਹੈ ਕਿ ਜੋੜਨਾ ਦੇ ਚੱਕਰ ਹੀ ਨਾ ਪਵੇ ਠੀਕ ਹੈ ਕਮੋ ਖੋ ਤੇ ਅੱਲਾ ਰਾਹ ਲਾਓ ਬਸ ਜ਼ਿੰਦਾਬਾਦ ਜ਼ਿੰਦਾਬਾਦ ਬਹੁਤ ਅੱਛਾ ਲਗਾ ਜੀ ਥਾਣਾ ਚੌਂਤਰਾ ਨਹੀਂ ਕੋਈ ਅੱਛੀ ਚੀਜ਼ ਦੱਸੋ ਕਿਆ ਕੋਈ ਹੈ ਥਾਣਾ ਚੌਂਤਰਾ ਨੇ ਰਿਲੇਟਡ ਕੋਈ ਤਬਦੀਲੀ ਆਈ ਉਹ ਪਹਿਲੇ ਵਾਲਾ ਚੌਂਤਰਾ ਨਹੀਂ ਰਿਹਾ ਅੱਛਾ ਚਲੋ ਜੀ ਨੇ ਅੱਛਾ ਸੁਲਝ ਗਏ ਪਹਿਲੇ ਤਾਂ ਲੋਕ ਡਰਨੇ ਵਾਲੇ ਸਨ ਥਾਣਾ ਚੌਂਤਰਾ ਮਤਲਬ ਚੇਂਜ ਆ ਗਈ ਹੈ ਹੁਣ ਯਾਨੀ ਹਰ ਬੰਦਾ ਜਾ ਸਕਣਾ ਮੈਂ ਚੌਂਤਰੇ ਵੀ ਜਾ ਅੱਗੇ ਵੀ ਜਾਣੇ ਸੁਣੋ ਹੁਣ ਵੀ ਜਾ ਲੇਕਿਨ ਹੁਣ ਜ਼ਿਆਦਾ ਜਾ ਸਕਣਾ ਚਲੋ ਜੀ ਜ਼ਿੰਦਾਬਾਦ ਅਸਰੇ ਰਹੋ ਤਾਂ ਬਸਨੇ ਰਹੋ ਜੀ ਜ਼ਿੰਦਾਬਾਦ ਮਿਹਰਬਾਨੀ ਮਾਸੂਮੀ ਬਾਈ ਸੁਣਾਓ ਸਭ ਖੈਰ ਖਰੀਅਤ ਹੈ 5-10 ਮਿੰਟ ਸਾਡੇ ਕੀ ਦੇਸੋ ਸਰ ਕੀ ਸੋ ਰੇਲਵੇ ਸਟੇਸ਼ਨ ਨਾਬੇ ਵਾਲਾ ਇਸ ਦੀ ਹਾਈਟ ਹੈ ਜੀ 1435.61 ਅਬਵ ਸੀ ਲੈਵਲ ਜਨਾਬ ਤੈ ਤੱਕ ਹੈ ਜੀ ਖੂਬਸੂਰਤ ਜਿਹਾ ਰੇਲਵੇ ਸਟੇਸ਼ਨ ਸੋ ਹਵਾ ਨਾ ਕਿਆ ਬਾਤ ਹੈ ਮਸੂਮੀ ਬਾਈ ਸਾਡੀ ਬੜੀ ਹੈਲਪ ਆਊਟ ਕੀਤੀ ਹੈ ਸਾਡੀ ਵੀਡੀਓਜ਼ ਵਗੈਰਾ ਬਣਾਈਆਂ ਜੀ ਤਾਂ ਥੈਂਕ ਯੂ ਵੈਰੀ ਮੱਚ ਜੀ ਮਸੂਮੀ ਬਾਈ ਅੱਲਾਹ ਤਾਲਾ ਸਾ ਕਿਸੇ ਦਿਆ ਜੀ ਤੰਦਰੁਸਤੀ ਦਿਆ ਤਾਂ ਲੰਬੀ ਜ਼ਿੰਦਗੀ ਦਿਆ ਜੀ ਬਾਕੀ ਜੀ ਹੁਣ ਚੱਲੇ ਹਾਂ ਜੀ ਰੋਡ ਵਾਲੇ ਪਾਸੇ ਨਾਲ ਨਾਲ ਬਾਕੀ ਸੋਨੇ ਸ਼ੇਅਰਿੰਗ ਕਰਨੇ ਆ ਜੀ ਨਕਸ਼ੇ ਦੇ ਮੁਤਾਬਿਕ ਉਸੇ ਤਰੀਕੇ ਗਰਾਊਂਡ ਮੌਜੂਦ ਹੈ ਔਰ ਇਹ ਜਿਹੜੀ ਆਬਾਦੀ ਹੈ ਇਸਨੇ ਤਾਂ ਮਹਿਸੂਸ ਹੋਣਾ ਕਿ 1947 ਤੋਂ ਬਾਅਦ ਇੱਥੇ ਆਬਾਦੀ ਸ਼ੁਰੂ ਹੋਈ ਹੈ ਜਿਹੜਾ ਮੈਪ ਸੀ ਸਾਡੇ ਕੋਲ ਉਸ ਦੇ ਅਕੋਰਡਿੰਗ ਸਾਡੇ ਕੋਲ ਜੱਜ ਇਹ ਹੋਣਾ ਵੈ ਜੈਸਾ ਕਿ ਉਸ ਨੂੰ ਤੱਕਿਆ ਵੀ ਹੋ ਸੀ ਕਿ ਇਸ ਜਗ੍ਹਾ 'ਤੇ ਆਬਾਦੀ ਨਹੀਂ ਸੀ ਔਰ ਹਾਲੇ ਵੀ ਆਬਾਦੀ ਨਹੀਂ ਹੈ ਲੇਕਿਨ ਥੋੜ੍ਹਾ ਜਿਹਾ ਯਾਨੀ ਕਿ ਕਾਫੀ ਡਿਸਟੈਂਸ ਤੋਂ ਛੋੜ ਕੇ ਨਾ ਆਬਾਦੀ ਸ਼ੁਰੂ ਹੋਈ ਹੈ ਰੇਲਵੇ ਸਟੇਸ਼ਨ ਤੋਂ ਨਿਕਲੋ ਜਨਾਬੇ ਵਾਲਾ ਡਾਇਰੈਕਟਲੀ ਸੋ ਇਸ ਰੋਡ ਕੀ ਫੋਲੋ ਕਰਨੇ ਸ਼ੋ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਤੱਕ ਹੈ ਜੀ ਜਿਹੜਾ ਪੁਲਿਸ ਸਟੇਸ਼ਨ ਸੁਹਾਵਾ ਜਿਹੜਾ ਕਿ ਆਲਰੇਡੀ ਮੈਂਸ਼ਨ ਹੈ ਉਸ ਮੈਪ ਵਿੱਚ ਉਸ ਨਕਸ਼ੇ ਤੋਂ ਇਹ ਸਾਬਤ ਹੋਣਾ ਜਨਾਬੇ ਵਾਲਾ ਕਿ 1947 ਤੋਂ ਪਹਿਲਾਂ ਵੀ ਇਸ ਜਗ੍ਹਾ 'ਤੇ ਪੁਲਿਸ ਸਟੇਸ਼ਨ ਕਾਇਮ ਹੋ ਟਾਈਮ ਸੀ ਔਰ ਇਨਸ਼ਾਅੱਲਾ ਇਸ ਤਰ੍ਹਾਂ ਕਾਇਮ ਹੋ ਟਾਈਮ ਰਹਿ ਸੀ ਜਨਾਬੇ ਵਾਲਾ ਸਾਰੇ ਜੀ ਕਸ਼ਮੀਰ ਪਾਰਕ ਔਰ ਰੇਲਵੇ ਸਟੇਸ਼ਨ ਤੋਂ ਕਿਵੇਂ ਗਿਆ ਇੱਥੇ ਜੀ ਸਾਡੀ ਹਾਰਡਲੀ 5-7 ਮਿੰਟ ਲਗੇ ਹੋ ਸਨ ਵਾਕ ਕਰਨੇ 'ਚ ਅਲਹਮਦੁਲਿਲਾ ਮੌਸਮ ਬੜਾ ਬਿਹਤਰੀਨ ਜਾਵੇ ਵਾਕ ਕਰਨ ਨਾ ਇਤਨੀ ਗਰਮੀ ਮਹਿਸੂਸ ਹੋਣੀ ਹੈ ਤਾਂ ਅੱਛਾ ਫੀਲ ਬੰਦਾ ਕਰਨਾ ਪਿਆ ਵੈ ਇੱਧਰ ਜੀ ਸਾਡੇ ਕੀ ਸਾਡੇ ਬੜੇ ਪਿਆਰੇ ਜਿਹੇ ਭਰਾ ਅਸ਼ਫਿਰ ਅਮੀਰ ਹਮਜ਼ਾ ਬਾਈ ਮਿਲੇ ਜਨਾਬ ਹੋਰ ਸੇ ਠੀਕ ਹੈ ਸਭ ਖੈਰ ਖਰੀਅਤ ਹੈ ਸੰਗੀਤ ਬੇਲੀ ਵਲੌਗਸ ਜ਼ਿੰਦਾਬਾਦ ਜੁਲੇ ਤੁਸੀਂ ਸਪਲਾਈ ਕਰਨ ਲੱਗੇ ਹੋ
चलो एंड करो दस्ती फिर वो था बस नहीं रहो जा फिर वाली दारना जो नक्शा भेजा उसने भी जो दादा जान वाली शॉप से उन्होंने भावों ने भी कुछ दुकाना सन जरा कि पार्टीशन से पहले इस जगह तो वो मौजूद सन और कारोबार कर रहे सन जनाबे वाला करियाना स्टोर ना और जो उन्होंने भ्रा सन वो कारोबार करने से जुतियाँ वगैरह नहीं उन्होंने शॉप होनी सी तो जिसल पार्टीशन हुई है वो या तो सोल्ड आउट करी के गए या फिर महकमे माल जो मौजूदा मालक ने उन्होंने ना अलॉट कर दी कि मकसद गल करने का यह है कि जड़े बंदे फिल वक्त जड़े मालक ने और हकीकी तौर पर वो ही मालक ने ताकि कोई किसी किस्म का एतराज ना हो जी ऐ तक है जी उस नक्शे के मुताबिक पोस्ट ऑफिस और ऐ तक है जी प्राइमरी स्कूल और इधरों वॉक करी के बसों की दसना वा जनाबे वाला ऐ कॉर्नर तो असर टुरने पे और ये जी राइट साइड है जनाबे वाला जिस जगह तुम तकने पे इस जगह तो सरदार रानी फैमिली ने त्रै चार कार मौजूद सन जनाब ये इस तरह सेम एज ए फ्रंट तो मैं बैक जी आया वहाँ ए ताकि स्कूल ना कोना में इस जगह है कि जी इस कोने तो कहने क्या आखिरी जो कोना सी उस जगह जी जनाबे वाला सरदार प्यारा सिंह साहब की फैमिली से उन्होंने प्रावरा रहने सन क्या हमें पाकिस्तान के पार्टीशन तो बाद जिसलै ये वो छोड़ के चले गए इस जगह की तो फिर गवर्नमेंट को जगह चली गई और फिर राजा मोहम्मद खालिद खान साहब ने बड़ा अहम किरदार सी जी ये जगह उन्हें गवर्नमेंट तो किनी गया है अलॉट की गई गवर्नमेंट एलिमेंट्री स्कूल है और जोड़ा कि बहुत बड़ा सदका जा रही है अल्लाह ताला उनकी ढेर सारा अजर दे जी इस चीज़ का आमीन सुम आमीन ठीक ठाक अंकल जी अपनी सुनाओ से ठीक है सब अल्लाह का शुक्र तुम सुनाओ सब ख्याल करिए बस आज असा वीडियो बनाने पे 1947 तो पहले पहले सुहावा की है जे लगना सी माशाल्लाह 1947 तो पहले पहले भी ये डहाना इस जगह का मौजूद सी देखो थोड़ा जा और से बरांडे खंडे बने है जी हां जी हां जी हां जी और सुनाओ अल्लाह का शुक्र अपनी सुनाओ चलो जी जबरदस्त जी जहर साहब को फ्रूट शूट लगे जी बाकी इधर बच्चे वगैरह आइसक्रीम खा रहे हैं जी क्या खा रहे हो भाई यार मुझे भी खिलाओ यार मुझे भूख लगी है थैंक यू और कौन सी क्लास में पढ़ते हैं आप जबरदस्त फाइव क्लास में कौन से स्कूल में पढ़ते हो जबरदस्त किधर जा रहे हो अभी चलो घर किधर है आपका किस गली में चले जी हंसते रहे और मुस्कुराते रहे है जो लेफ्ट साइड तो खोके ना जनाब ए 1985 तो बाद क्या में चाहे जी सरदार प्यारा सिंह सेठी साहब की शॉप ये चेक करो हाँ और ये काफी कदीम लगनी है इसे रात में इस शॉप ने अंदर जाने हैं अस्सलाम वालेकुम कैसे हैं आप ठीक है भाई खैरियत से ऐसे ठीक है बाकी थोड़ा सा विजिट करना था शॉप का जैसा कि मैंने आपको बताया था चलो जी बाकी आया था किसी शॉप से सरदार रानी अस्सलाम वालेकुम जी क्या बात चार बाकी जी जरा मैप सी उसके अकॉर्डिंग की दुकान है जी जिस जगह था जी हरनाम सिंह हलवाई की शॉप से और इस जगह तू जनाबे वाला सबको कॉर्नर तुरने जाइए था क्या गुरुद्वारा से सड़क था बड़े प्यारे जी अंकल मिले जी अंकल जी सुनाओ सेहत भी ठीक है कैसी जिंदगी गुजर रही है सारी पुराने दौर कैसे सन मुसलमान और सिख कठे रहने गुजार लिया असा तो मेहमान रह गए अल्लाह ताला किसे दे जी तंदुरुस्ती दे लंबी जिंदगी दे बहुत शुक्रिया सर ਤਾਕਾ ਜੀ ਰਾਜਾ ਕਰਮ ਲਾਈ ਪਲਾਜ਼ਾ ਜਿਹੜਾ ਕਿ ਨਕਸ਼ੇ ਵਿੱਚ ਮੌਜੂਦ ਹੈ ਔਰ ਮਾਸ਼ਾਅੱਲਾ ਪੁਰਾਣੇ ਟਾਈਮ ਵਿੱਚ ਇਹ ਹਵੇਲੀ ਸੀ ਔਰ ਬਾਅਦ ਅਜ਼ਾ ਇਸ ਕੀ ਪ੍ਰੋਜੈਕਟ ਬਣਾਈ ਕਿ ਮਾਸ਼ਾਅੱਲਾ ਬੜੀ ਖੂਬਸੂਰਤ ਜੀ ਮਾਰਕੀਟ ਹੁਣੇ ਬਣੀ ਚੁੱਕੀ ਹੈ ਤਾਂ ਬਾਕੀ ਅੰਦਰ ਕੋਈ ਸ਼ਾਪਸ ਵਗੈਰਾ ਮੌਜੂਦ ਨੇ ਜੀ ਇਸ ਐਤਰੀ ਇਹ ਜਿਹੜਾ ਨਕਸ਼ੇ ਨੇ ਅਕੋਰਡਿੰਗ ਸੀ ਹਵੇਲੀ ਸੀ ਇਹ ਉਹ ਹੀ ਇਸ ਟਾਈਮ ਵੀ ਮੌਕੇ ਉੱਪਰ ਮੌਜੂਦ ਹੈ ਲੇਕਿਨ ਹੁਣ ਬੜਾ ਖੂਬਸੂਰਤ ਜਿਹਾ ਬਿਹਤਰੀਨ ਜਿਹਾ ਪਲਾਜ਼ਾ ਬਣ ਗਿਆ ਇਹਦਾ ਸਰਦਾਰ ਬਹਿਣੇ ਸਰ ਪਿਛਲੇ ਵਲੌਗ ਜੇ ਸਭ ਸੋਨਲ ਸ਼ੇਅਰ ਵੀ ਕੀਤਾ ਸੀ ਲੇਕਿਨ ਫਿਲ ਵਕਤ ਪੂਰੀ ਮੌਜੂਦ ਜੀ ਕਾਫੀ ਸਾਰਾ ਵਿਊ ਚੈੱਕ ਕਰਾਇਆ ਜੀ 1947 ਤੋਂ ਪਹਿਲਾਂ ਕਿਸ ਤਰ੍ਹਾਂ ਦਿਸਣਾ ਸੀ ਕੁਝ ਦੁਕਾਨਾਂ ਸਨ ਔਰ ਇਹ ਜਿਹੜੇ ਸਾਹਮਣੇ ਖੋਕੇ ਸਨ ਇਹ ਕੋਨੀ ਸਨ ਬਾਕੀ ਜੀ ਯਾਦ ਆਖਿਆ ਜੀ ਗੌਰਮੈਂਟ ਹਾਈ ਸਕੂਲ ਸੁਹਾਵਾ ਕਿਵੇਂ ਪਾਕਿਸਤਾਨ ਤੋਂ ਪਹਿਲਾਂ ਵੀ ਇਸੇ ਜਗ੍ਹਾ 'ਤੇ ਮੌਜੂਦ ਸੀ ਨਕਸ਼ੇ ਦੇ ਮੁਤਾਬਕ ਫਿਲ ਵਕਤ ਵੀ ਇਸੇ ਜਗ੍ਹਾ 'ਤੇ ਇਸੇ ਲੋਕੇਸ਼ਨ ਉੱਪਰ ਮੌਜੂਦ ਹੈ ਜੀ ਕਿਆ ਬਾਤ ਹੈ किस तरह से
ਸਰਦਾਰ ਜੋਗਿੰਦਰ ਸਿੰਘ ਸੇਠੀ ਸਾਹਿਬ ਜਿਹਨਾਂ ਦੇ ਦਾਦਾ ਜਾਂ ਸਰਦਾਰ ਪਿਆਰਾ ਸਿੰਘ ਸੇਠੀ ਸਾਹਿਬ ਇਸ ਜਗ੍ਹਾ 1947 ਤੋਂ ਪਹਿਲਾਂ ਸੁਹਾਵਾ ਵਿੱਚ ਰਹਿਣੇ ਸਨ ਔਰ ਉਹਨਾਂ ਨੇ ਜਿਹੜੀ ਮੁਹੱਬਤ ਆ ਵਤਨ ਨਾਲ ਨਾ ਯਾਰ ਉਹਨਾਂ ਕੀ ਸੈਲਿਊਟ ਹੈ ਜੀ ਸਾਡਾ ਟ੍ਰੈਬਿਊਟ ਹੈ ਉਹਨਾਂ ਜਿਹੜਾ ਨਕਸ਼ਾ ਸਾੜ ਕੇ ਭੇਜਿਆ ਸੀ ਅਸਾਂ 110% ਵੈਰੀਫਾਈ ਕੀਤਾ ਸੀਨੀਅਰ ਸਿਟੀਜ਼ਨਸ ਤੋਂ ਬਿਲਕੁਲ ਐਗਜੈਕਟਲੀ ਸੇਮ ਟੂ ਸੇਮ ਨਕਸ਼ਾ ਸੀ ਉਸੇ ਤਰੀ ਸਾਰੀਆਂ ਜਗ੍ਹਾ ਉਸੇ ਜਗ੍ਹਾ 'ਤੇ ਮੌਜੂਦ ਸਨ ਅਸਾਂ ਉਹ ਨਿਸ਼ਾਨਦੇਹੀ ਕਰੀ ਕੀਤੀ ਉਮੀਦ ਕਰ ਸਾਂ ਤੁਸਾਂ ਵੀ ਇੰਜੋਏ ਕੀਤਾ ਉਸ ਚੀਜ਼ ਜਿਹੜਾ ਵਲੌਗ ਹੈ ਵਲੌਗ ਜੇ ਤੁਸਾਂ ਇੰਜੋਏ ਕੀਤਾ ਹੋਇਆ ਵਲੌਗ ਕੀ ਲਾਈਕ ਕਰੇ ਕਮੈਂਟ ਸੈਕਸ਼ਨ ਜਿਹੜਾ ਆਪਣੀ ਕੀਮਤੀ ਰਾਏ ਨਾਲ ਸਾਡੇ ਜ਼ਰੂਰ ਲਗਾ ਕਰੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਸ ਵਾਲਾ ਜੀ ਹਾਂ ਅੱਲਾ ਹਾਫਿਜ਼।